ਪਿਆਰੇ ਸਾਧ ਸੰਗਤ ਜੀ ਝੁਕਾਓ ਸੀਸ ਗੁਰੂ ਗ੍ਰੰਥ ਸਾਹਿਬ ਜੀ ਨੂੰ ਪਿਆਰ ਵਿੱਚ ਆਓ ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ 2 ਮਿੰਟ ਵਾਸਤੇ ਗੁਰੂ ਕੀ ਸੰਗਤ ਨੇ ਉੱਚੀ ਆਵਾਜ਼ ਦੇ ਵਿੱਚ ਸਤਨਾਮ ਵਾਹਿਗੁਰੂ ਦਾ ਜਾਪ ਕਰਨਾ ਫਿਰ ਗੁਰੂ ਕੀ ਸੰਗਤ ਨਾਲ ਵਿਚਾਰਾਂ ਸਾਂਝੀਆਂ ਕਰਾਂਗੇ ਰਸਨਾ ਖਾਲੀ ਨਾ ਰਹਿ ਜੇ ਉੱਚੀ ਆਵਾਜ਼ ਦੇ ਵਿੱਚ ਸਾਰਿਆਂ ਨੇ ਬੋਲਣਾ ਸਤਨਾਮ ਵਾਹਿਗੁਰੂ 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 ਸਤਨਾਮ ਵਾਹਿਗੁਰੂ
ਸਤਨਾਮ ਵਾਹਿਗੁਰੂ, 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 ਭਈ ਪ੍ਰਾਪਤ ਮਾਨੁਖ ਦਿਓ ਹਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਗੁਰੂ ਕੀ ਸੰਗਤ ਏ ਮਨੁੱਖਾ ਜਨਮ ਆਪਾਂ ਨੂੰ ਨਾਮ ਜਪਣ ਵਾਸਤੇ ਮਿਲਿਆ, ਸੇਵਾ ਕਰਨ ਵਾਸਤੇ ਮਿਲਿਆ, ਧਰਮ ਕਮਾਉਣ ਵਾਸਤੇ, ਧਰਮੀ ਬਣਨ ਵਾਸਤੇ, ਪਰਉਪਕਾਰ ਕਰਨ ਵਾਸਤੇ। ਇਹ ਅਮੋਲਕ ਘੜੀਆਂ, ਇਹ ਅਮੋਲਕ ਸਵਾਸ ਬੜੇ ਕੀਮਤੀ ਨੇ। ਇੱਕ ਇੱਕ ਸਵਾਸ ਜਿਹੜਾ ਵਾ ਆਪਣਾ ਵਿਰਥਾ ਜਾ ਰਿਹਾ। ਅੱਜ ਗੁਰੂ ਹਰਿ ਰਾਏ ਸਾਹਿਬ ਜੀ ਦਾ ਪ੍ਰਕਾਸ਼ ਦਿਵਸ, ਨਗਰ ਦੁਸਾਂਝ ਖੁਰਦ, ਇਹ ਅਸਥਾਨ, ਉਹ ਪਾਵਨ ਧਰਤੀ ਜਿੱਥੇ ਗੁਰੂ ਹਰਿ ਰਾਏ ਸਾਹਿਬ ਜੀ ਨੇ 2200 ਘੋੜ ਸਵਾਰ ਇੱਥੇ ਆਪਣੇ ਪਵਿੱਤਰ ਚਰਨ ਪਾ ਕੇ ਇਸ ਧਰਤੀ ਨੂੰ ਪਵਿੱਤਰ ਕੀਤਾ ਸੀ। ਅੱਜ ਇਸ ਜਗ੍ਹਾ 'ਤੇ ਗੁਰੂ ਹਰਿ ਰਾਏ ਸਾਹਿਬ ਜੀ ਦਾ ਪ੍ਰਕਾਸ਼ ਦਿਵਸ ਸਾਰੀਆਂ ਸੰਗਤਾਂ ਰਲ ਮਿਲ ਕੇ ਮਨਾ ਰਹੇ ਹਨ। ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਇਕੱਤਰ ਹੋਏ, ਗੁਰੂ ਕੀ ਸੰਗਤ ਨਾਮ ਜਪਣ ਜਪਣ ਦੇ ਵਿੱਚ ਬੜਾ ਅੰਤਰ ਹੈ। ਕਿਉਂਕਿ ਸਮਾਂ ਇੰਨਾ ਨਹੀਂ ਕੋਈ ਵਿਸਤਾਰ ਦੇ ਨਾਲ ਕੋਈ ਬਚਨ ਕੀਤਾ ਜਾਵੇ, ਕਿਉਂਕਿ ਹੋਰ ਵੀ ਬੁਲਾਰਿਆਂ ਨੇ, ਸਾਰਿਆਂ ਨੇ ਹਰ ਜਸ ਗੁਰੂ ਸਾਹਿਬ ਦਾ ਸੁਣਾਉਣਾ। ਕਿਉਂਕਿ ਰਸਨਾ ਨਾ ਜਪਣਾ, ਉੱਚੀ ਬੋਲ ਕੇ ਜਪਣਾ ਜਾਂ ਕੰਠ ਵਿੱਚ ਜਪਣਾ ਜਾਂ ਹਿਰਦੇ ਵਿੱਚ ਜਪਣਾ ਜਾਂ ਨਾਭੀ ਵਿੱਚ ਜਪਣਾ, ਰੋਮ ਰੋਮ ਕਰਕੇ ਜਪਣਾ, ਸੁਰਤ ਵਿੱਚ ਜਪਣਾ, ਡਾਇਰੈਕਟ ਗੁਰੂ ਨਾਲ ਧਿਆਨ ਸਿੱਧਾ ਲਾ ਕੇ ਧਿਆਨ ਸਾਧਨਾ ਨਾਲ ਉਹਦੇ ਦਰਸ਼ਨ ਕਰਨੇ, ਗੁਰੂ ਕੀ ਸੰਗਤ ਇਹਨਾਂ ਪੜਾਵਾਂ ਦੇ ਵਿੱਚ ਜ਼ਮੀਨ ਸਮਾਨ ਦਾ ਅੰਤਰ ਹੈ। ਪਰ ਪਹਿਲਾਂ ਆਪਾਂ ਨੂੰ ਗੁਰੂ ਸਾਹਿਬਾਂ ਨੇ ਸਤ ਸੰਗਤ 'ਚ ਬਹਿ ਕੇ ਇਸ ਰਸਨਾ ਦੇ ਨਾਲ ਉੱਚੀ ਗਾਉਣ ਦੇ ਨਾਲ ਹੁਕਮ ਕੀਤਾ ਵਾ। ਸਭ ਤੋਂ ਪਹਿਲਾਂ ਆਪਾਂ ਨੂੰ ਗੁਰੂ ਸਾਹਿਬਾਂ ਦਾ ਹੁਕਮ ਆ ਕਿ ਸਤ ਸੰਗਤ 'ਚ ਬਹਿ ਕੇ ਉੱਚੀ ਸੁਰ ਦੇ ਵਿੱਚ ਤੂੰ ਸਤ ਸੰਗਤ ਨਾਲ ਮਿਲ ਕੇ ਗਾ। ਜਦੋਂ ਤੂੰ ਸਤ ਸੰਗਤ 'ਚ ਬੈਠ ਕੇ ਗਾਵੇਂਗਾ
ਜਦੋਂ ਸਤ ਸੰਗਤ 'ਚ ਬੈਠ ਕੇ ਗਾਉਣਾ ਵਾ, ਵਾਹਿਗੁਰੂ ਬੋਲਣਾ ਵਾ, ਮਰ ਕੇ ਦਿਓ ਇੱਕ ਧਿਆਨ ਰੱਖੀ, ਇੱਕ ਤਾਂ ਧਿਆਨ ਉਹ ਤੇਰਾ ਗੁਰੂ ਵਿੱਚ ਚਾਹੀਦਾ, ਜਾਂ ਜਿਹੜਾ ਸ਼ਬਦ ਜਪ ਰਿਹਾ ਉਹਦੇ ਵਿੱਚ ਚਾਹੀਦਾ। ਸ਼ਬਦ ਜਿਹੜਾ ਜਪਦੇ ਹਾਂ ਅਤੇ ਗੁਰੂ ਇੱਕੋ ਹੀ, ਦੋ ਨਹੀਂ, ਇੱਥੇ ਦੁਬਧਾ ਨਹੀਂ। ਜਿਹੜਾ ਸ਼ਬਦ ਵਾਹਿਗੁਰੂ ਬੋਲ ਰਹੇ ਹਾਂ ਉਹੋ ਹੀ ਗੁਰੂ ਆ, ਉਹੋ ਹੀ ਗੁਰੂ ਗ੍ਰੰਥ ਸਾਹਿਬ ਆ। ਅਤੇ ਉਹਨੂੰ ਕੰਨਾਂ ਦੇ ਨਾਲ ਜ਼ਰੂਰ ਸੁਣਨਾ, ਜਿਹੜਾ ਸ਼ਬਦ ਰਸਨਾ ਨਾ ਬੋਲਣਾ ਵਾ ਉੱਚੀ ਆਵਾਜ਼ ਦੇ ਵਿੱਚ, ਉਹਨੂੰ ਕੰਨਾਂ ਦੇ ਨਾਲ ਸੁਣਨਾ ਵਾ, ਔਰ ਧਿਆਨ ਦੁਆਰਾ ਆਪਣੇ ਗੁਰੂ ਸਾਹਿਬਾਂ ਦੇ ਦਰਸ਼ਨ ਕਰਨ। ਜਦੋਂ ਤੂੰ ਇਸ ਤਰ੍ਹਾਂ ਸੰਗਤ 'ਚ ਬਹਿ ਕੇ ਉੱਚੀ ਸੁਰ ਦੇ ਵਿੱਚ ਨਾਮ ਜਪੇਂਗਾ, ਗੁਰੂ ਦੇ ਚਰਨਾਂ ਵਿੱਚ ਹਾਜ਼ਰੀ ਲੱਗੇਗੀ। ਪਰ ਜੇ ਅਸੀਂ ਸੰਗਤ 'ਚ ਬੈਠੇ ਹਾਂ, ਉੱਚੀ ਬੋਲ ਵੀ ਰਹੇ ਹਾਂ, ਅਤੇ ਧਿਆਨ ਸਾਡਾ ਪਿੱਛੇ ਡੰਗਰਾਂ ਨੂੰ ਪੱਠੇ ਪਾਉਣ ਵਿੱਚ ਆ, ਜਾਂ ਹੋਰ ਕਾਰ ਵਿਹਾਰ ਵਿੱਚ ਆ, ਸਰੀਰ ਕਰਕੇ ਹਾਜ਼ਰੀ ਤਾਂ ਲੱਗ ਰਹੀ ਆ, ਸਤਸੰਗਤ ਦਾ ਫਲ ਤਾਂ ਬੈਠਿਆਂ ਜ਼ਰੂਰ ਮਿਲੇਗਾ, ਪਰ ਜਿਹੜੀ ਸੁਰਤ ਕਰਕੇ ਧਿਆਨ ਲੱਗਣਾ ਸੀ ਮਹਾਰਾਜ ਦੇ ਚਰਨਾਂ ਵਿੱਚ ਚੁਵੰਜਾ ਰਹੇ, ਜਿਵੇਂ ਕਲਗੀਧਰ ਪਾਤਸ਼ਾਹ ਰਾਤ ਦਾ ਸਮਾਂ ਸੀ, ਗੁਰੂ ਤਾਂ ਸੁਣਦਾ ਹੀ ਨਹੀਂ, ਸਤਿਗੁਰ ਜਾਗਦਾ ਹੈ ਤੇ, ਪਰ ਫਿਰ ਵੀ ਆਮ ਲੋਕਾਂ ਦੀ ਨਿਗਾਹ ਵਿੱਚ ਗੁਰੂ ਵਿਸ਼ਰਾਮ ਕਰਦਾ, ਪਰ ਨਹੀਂ, ਗੁਰੂ ਸਦਾ ਹੀ ਜਾਗਦਾ, ਗੁਰੂ ਪ੍ਰਕਾਸ਼ ਰੂਪੀ ਹੁੰਦਾ। ਪਰ ਗੁਰੂ ਕੀ ਸੰਗਤ ਜਦੋਂ ਕਲਗੀਧਰ ਪਾਤਸ਼ਾਹ ਆਪਣੀ ਦੁਨਿਆਵੀ ਸੋਚ ਨਾਲ ਗੁਰੂ ਵਿਸ਼ਰਾਮ ਕਰ ਰਹੇ ਸਨ, ਇੱਧਰੋਂ ਪਹਿਰੇ 'ਤੇ ਸਿੱਖ ਖੜ੍ਹੇ ਸਨ ਅਤੇ ਲਾਗੇ ਇੱਕ ਨਗਰ ਦੇ ਵਿੱਚ ਮੁਜਰਾ ਹੋ ਰਿਹਾ ਸੀ, ਕੋਈ ਪ੍ਰੋਗਰਾਮ ਚੱਲ ਰਿਹਾ ਸੀ, ਅਤੇ ਕੁਝ ਜਿਹੜਾ ਇਹ ਪਹਿਰੇਦਾਰ ਆ ਉਹਨਾਂ ਨੇ ਵਿਚਾਰ ਬਣਾਈ ਕਿ ਗੁਰੂ ਸਾਹਿਬ ਵਿਸ਼ਰਾਮ ਵਿੱਚ ਆ ਅਤੇ ਆਪਾਂ ਮੁਜਰਾ ਵੇਖ ਕੇ ਆਈਏ, ਆਪਾਂ ਪ੍ਰੋਗਰਾਮ ਜਿਹੜਾ ਲੱਗ ਗਿਆ ਉਹ ਦੇਖ ਕੇ ਆਈਏ, ਰਾਸ ਪੈ ਰਹੀ ਆ ਉਹ ਦੇਖ ਕੇ ਆਈਏ। ਪਰ ਕੁਝ ਸਿੰਘ ਉਹ ਮਹਾਰਾਜ ਤੋਂ ਡਰ ਰਹੇ ਸਨ ਕਿ ਜੇ ਗੁਰੂ ਸਾਹਿਬ ਉੱਠ ਪਏ, ਉਹਨਾਂ ਨੇ ਵੇਖਣਾ ਵੀ ਪਹਿਰੇ ਵਾਲੇ ਸਿੰਘ ਕਿੱਥੇ ਆ, ਇੱਥੇ ਹਾਜ਼ਰ ਨਾ ਹੋਏ ਅਤੇ ਸਵੇਰੇ ਪੇਸ਼ੀ ਹੋ ਜਾਏਗੀ, ਗੁਰੂ ਸਾਹਿਬ ਦੰਡ ਦੇਣਗੇ, ਇਹ ਸੋਚ ਸੀ ਉਹਨਾਂ ਦੀ। ਗੁਰੂ ਕੀ ਸੰਗਤ ਜਦੋਂ ਕੁਝ ਜਿਹੜੇ ਸਿੰਘ ਸੀ ਉਹ ਜਿਹੜਾ ਲਾਗੇ ਪ੍ਰੋਗਰਾਮ ਸੀ ਉਹ ਦੇਖਣ ਚਲੇ ਗਏ, ਕੁਝ ਜਿਹੜੇ ਸਿੰਘ ਸੀ ਜਿਹੜੇ ਕਹਿੰਦੇ ਸੀ ਮਹਾਰਾਜ ਉੱਠ ਪੈਣਗੇ, ਸਵੇਰੇ ਸਾਡੀ ਪੇਸ਼ੀ ਹੋਵੇਗੀ ਇਸ ਕਰਕੇ ਨਾ ਜਾਈਏ, ਉਹ ਗੁਰੂ ਕੀ ਸੰਗਤ ਉੱਥੇ ਖੜ੍ਹੇ ਸੀ। ਪਰ ਗੁਰੂ ਕੀ ਸੰਗਤ ਜਿਹੜੇ ਤਾਂ ਉਹ ਪ੍ਰੋਗਰਾਮ ਵੇਖਣ ਗਏ ਸੀ ਉਹਨਾਂ ਦਾ ਧਿਆਨ ਪਿੱਛੇ ਗੁਰੂ ਵੱਲੇ ਸੀ ਵੀ ਜੇ ਗੁਰੂ ਸਾਹਿਬ ਉੱਠ ਪਏ ਸਵੇਰੇ ਸਾਡੀ ਪੇਸ਼ੀ ਹੋ ਜਾਣੀ ਆ, ਮਹਾਰਾਜ ਨੇ ਕੀ ਪਤਾ ਕਿਹੜੀ ਸਜ਼ਾ ਦੇ ਦੇਣੀ। ਸਰੀਰ ਤਾਂ ਉੱਥੇ ਉਹ ਪ੍ਰੋਗਰਾਮ ਵੇਖ ਰਿਹਾ ਸੀ ਪਰ ਧਿਆਨ ਉਹਨਾਂ ਦਾ ਗੁਰੂ ਸਾਹਿਬਾਂ ਦੇ ਵਿੱਚ ਸੀ, ਹੁਣ ਵੀ ਮਹਾਰਾਜ ਉੱਠੇ ਤੇ ਹੁਣ ਵੀ ਸਾਡੀ ਪੇਸ਼ੀ ਹੋ ਜਾਣੀ,
ਹੁਣ ਵੀ ਉੱਠੇ ਤੇ ਹੁਣ ਵੀ ਪੇਸ਼ੀ ਹੋ ਸੀ। ਪਰ ਉਹ ਜਿਹੜੇ ਪਹਿਰੇ ਤੇ ਸਿੰਘ ਖੜੇ ਸੀ ਉਹਨਾਂ ਦਾ ਧਿਆਨ ਜਿਹੜਾ ਵਾ ਉਸ ਪ੍ਰੋਗਰਾਮ ਦੇ ਵਿੱਚ ਸੀ, ਸਰੀਰ ਮਹਾਰਾਜ ਦੇ ਕੋਲ ਖੜਾ ਸੀ। ਉਹਨਾਂ ਦੇ ਮਨ ਵਿੱਚ ਇਹ ਸੀ ਕਿ ਉਸ ਪ੍ਰੋਗਰਾਮ ਦੇ ਵਿੱਚ ਦੂਰੋਂ ਆਵਾਜ਼ ਵੀ ਛੋਟੀ ਛੋਟੀ ਕੰਨਾਂ 'ਚ ਪੈ ਰਹੀ ਕਿ ਉੱਥੇ ਹੁਣ ਆਹ ਪ੍ਰੋਗਰਾਮ ਚੱਲ ਰਿਹਾ ਹੋਣਾ, ਉੱਥੇ ਹੁਣ ਆਹ ਪ੍ਰੋਗਰਾਮ ਹੋਣਾ, ਉੱਥੇ ਆਹ ਖੇਲ ਤਮਾਸ਼ਾ ਚੱਲਦਾ ਹੋਣਾ। ਧਿਆਨ ਉਹਨਾਂ ਦਾ ਜਿਹੜਾ ਵਾ ਉਹ ਪ੍ਰੋਗਰਾਮ ਦੇ ਵਿੱਚ ਸੀ ਪਰ ਸਰੀਰ ਮਹਾਰਾਜ ਦੇ ਕੋਲ ਸੀ। ਦਿਨ ਚੜ੍ਹਿਆ ਤਾਂ ਗੁਰੂ ਕੀ ਸੰਗਤ ਉਸ ਸਮੇਂ 'ਤੇ ਦੀਵਾਨ ਸਜਿਆ, ਸਿੱਖ ਸੰਗਤਾਂ ਮਹਾਰਾਜ ਦੇ ਚਰਨਾਂ ਵਿੱਚ ਬੈਠੀਆਂ, ਉਹ ਪਹਿਰੇਦਾਰ ਵੀ ਬੈਠੇ ਨੇ। ਮਹਾਰਾਜ ਕਹਿਣ ਲੱਗੇ ਜਿਹੜੇ ਪਹਿਰੇ 'ਤੇ ਰਾਤ ਪਹਿਰਾ ਦੇ ਰਹੇ ਸੀ ਉਹ ਸਿੰਘ ਖੜ੍ਹੇ ਹੋਏ, ਖੜਿਆਂ ਕੀਤਾ। ਮਹਾਰਾਜ ਕਹਿੰਦੇ ਜਿਹੜੇ ਗੈਰ ਹਾਜ਼ਰ ਹਾਜ਼ਰ, ਜਿਹੜੇ ਹਾਜ਼ਰ ਉਹ ਗੈਰ ਹਾਜ਼ਰ। ਸੰਗਤਾਂ ਬੜੀਆਂ ਹੈਰਾਨ ਸੀ। ਗੁਰਸਿੱਖਾਂ ਨੇ ਪੁੱਛਿਆ ਮਹਾਰਾਜ ਇਹ ਕੀ ਕਾਰਨ, ਇਹ ਕੀ ਵਚਨ, ਸਾਨੂੰ ਵਿਸਤਾਰ ਨਾਲ ਸਮਝਾਓ। ਮਹਾਰਾਜ ਦਸਵੇਂ ਪਾਤਸ਼ਾਹ ਕਹਿੰਦੇ ਭਾਈ ਇਹਨਾਂ ਦਾ ਜਿਹੜੇ ਇੱਥੇ ਸਾਡੇ ਕੋਲ ਸਰੀਰ ਕਰਕੇ ਖੜ੍ਹੇ ਸੀ ਇਹਨਾਂ ਦਾ ਧਿਆਨ ਉਹ ਪ੍ਰੋਗਰਾਮ ਵੇਖਣ ਵਿੱਚ ਸੀ, ਇਹ ਗੈਰ ਹਾਜ਼ਰ ਸੀ, ਇੱਥੇ ਖੇਲ ਅੰਦਰ ਦਾ ਵਾ। ਮਰ ਕਹਿੰਦੇ ਜਿਹੜੇ ਪ੍ਰੋਗਰਾਮ ਵੇਖਣ ਗਏ ਸੀ ਉਹਨਾਂ ਦਾ ਧਿਆਨ ਸਾਡੇ ਵਿੱਚ ਵਾਰ ਵਾਰ ਸੀ ਕਿ ਮਹਾਰਾਜ ਹੁਣ ਵੀ ਉੱਠੇ ਤੇ ਹੁਣ ਵੀ ਸਜ਼ਾ ਦੇਣਗੇ, ਹੁਣ ਵੀ ਉੱਠੇ ਤੇ ਹੁਣ ਵੀ ਸਜ਼ਾ ਦੇਣਗੇ। ਇਸ ਕਰਕੇ ਜਿਹੜੇ ਹਾਜ਼ਰ ਸੀ ਉਹ ਗੈਰ ਹਾਜ਼ਰ ਸੀ, ਜਿਹੜੇ ਗੈਰ ਹਾਜ਼ਰ ਸੀ ਉਹ ਹਾਜ਼ਰ ਸੀ। ਅਤੇ ਇਸੇ ਤਰ੍ਹਾਂ ਹੀ ਗੁਰਸਿੱਖੋ ਜਿਵੇਂ ਕਲਗੀਧਰ ਪਾਤਸ਼ਾਹ ਨੇ ਇੱਥੇ ਮਨ ਦੀ ਹਾਜ਼ਰੀ ਦੱਸੀ ਹੈ, ਸੁਰਤ ਦੀ ਹਾਜ਼ਰੀ ਦੱਸੀ ਹੈ, ਬੈਠੇ ਅਸੀਂ ਸਤਸੰਗਤ ਦੇ ਵਿੱਚ ਹਾਂ ਪਰ ਤੁਹਾਡਾ ਵਾਰ ਵਾਰ ਧਿਆਨ ਜਿਹੜਾ ਉਹ ਗੁਰੂ ਗ੍ਰੰਥ ਸਾਹਿਬ ਜਾਣਾ ਚਾਹੀਦਾ। ਗੁਰੂ ਸਿੱਖੋ ਜਦੋਂ ਜਿਵੇਂ ਹਜਾਜ਼ ਆ ਜਹਾਜ਼ ਜਦੋਂ ਗੁਰੂ ਕੀ ਸੰਗਤ ਉਡਾਣ ਭਰ ਕੇ ਆਕਾਸ਼ ਵੱਲੇ ਚੜ੍ਹਦਾ ਅਤੇ ਗੁਰੂ ਕੀ ਸੰਗਤ ਉਹਦੇ ਵਿੱਚ ਜਹਾਜ਼ ਦੇ ਵਿੱਚ ਇੱਕ ਕੰਪਾਸ ਹੁੰਦਾ, ਉਹ ਕੰਪਾਸ ਜਿਹੜਾ ਉਹ ਮੀਟਰ ਆ ਉਹਦੇ ਵਿੱਚ ਇੱਕ ਸੂਈ ਹੁੰਦੀ, ਉਹਦੀ ਸੂਈ ਦੀ ਦਸ਼ਾ ਜਿਹੜੀ ਆ ਇਸ ਧਰਤੀ 'ਤੇ ਇੱਕ ਚੁੰਬਕ ਦਾ ਪਹਾੜ ਆ ਉਹਦੇ ਵੱਲੇ ਰਹਿੰਦੀ। ਚੁੰਬਕ ਦਾ ਪਹਾੜ ਜਿਹੜਾ ਵਾ ਉਹਦੀ ਸੂਈ ਜਹਾਜ਼ ਦੀ ਜਿਹੜੀ ਆ ਕੰਪਾਸ ਦੀ, ਜਹਾਜ਼ ਭਾਵੇਂ ਕਿਸੇ ਦਿਸ਼ਾ ਵਿੱਚ ਉੜਦਾ ਹੋਵੇ ਪਰ ਉਹਦੀ ਸੂਈ ਦੀ ਪਕੜ ਜਿਹੜੀ ਆ ਉਹ ਉਸ ਚੁੰਬਕ ਦੇ ਪਹਾੜ ਵੱਲੇ ਰਹਿੰਦੀ, ਉਹਦੀ ਖਿੱਚ ਉੱਧਰ ਬਣੀ ਰਹਿੰਦੀ। ਜਹਾਜ਼ ਭਾਵੇਂ ਕਿਧਰਲੀ ਦਿਸ਼ਾ ਵਿੱਚ ਵੀ ਉੜਦਾ ਰਹੇ ਤਾਂ ਪਾਇਲਟ ਨੂੰ ਪਤਾ ਲੱਗਦਾ ਕਿ ਇਸ ਦਿਸ਼ਾ 'ਤੇ ਇਹ ਕੰਪਾਸ ਦੀ ਸੂਈ ਆ ਅਤੇ ਇਸ ਦਿਸ਼ਾ ਦੇ ਵਿੱਚ ਮੇਰਾ ਜਹਾਜ਼ ਜਾ ਰਿਹਾ। ਜੇ ਗੁਰੂ ਕੀ ਸੰਗਤ ਉਹ ਸੂਈ ਖਰਾਬ ਹੋ ਜਾਵੇ, ਕੰਪਾਸ ਖਰਾਬ ਹੋ ਜਾਵੇ, ਜਹਾਜ਼ ਦਾ ਐਕਸੀਡੈਂਟ ਹੋ ਸਕਦਾ, ਉਹ ਛੇਤੀ ਕੀਤੇ ਥੱਲੇ ਨਹੀਂ ਉਤਰ ਸਕਦਾ, ਦਿਸ਼ਾ ਦਾ ਪਤਾ ਨਹੀਂ ਲੱਗ ਸਕਦਾ। ਇਸੇ ਤਰ੍ਹਾਂ ਹੀ ਗੁਰੂ ਕੀ ਸੰਗਤ ਇਹ ਜੀਵ ਰੂਪੀ ਜਹਾਜ਼ ਆ, ਇਹ ਜੀਵ ਰੂਪੀ ਜਹਾਜ਼ ਆ ਅਤੇ ਗੁਰੂ ਕੀ ਸੰਗਤ ਮਨ ਰੂਪੀ ਕੰਪਾਸ ਆ ਅਤੇ ਜਿਹੜੀ ਧਿਆਨ ਰੂਪੀ ਸੋਈ ਆ ਅਤੇ ਗੁਰੂ ਕੀ ਸੰਗਤ ਚੁੰਬਕ ਦਾ ਪਹਾੜ ਕਿਹੜਾ ਵਾ, ਗੁਰੂ ਗ੍ਰੰਥ ਸਾਹਿਬ ਰੂਪੀ ਪਹਾੜ। ਜੇ ਸਾਡੇ ਇਹ ਜੀਵਨ ਰੂਪੀ ਜਹਾਜ਼
ਮਨ ਰੂਪੀ ਕੰਪਾਸ ਦੀ ਸੂਈ ਅਤੇ ਅਹੰ ਰੂਪੀ ਸੂਈ ਜਿਹੜੀ ਆ ਇਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੋਵੇਗੀ ਅਤੇ ਗੁਰੂ ਕਾ ਸਿੱਖ ਜਿੱਥੇ ਮਰਜ਼ੀ ਦੁਨੀਆਂ ਦੇ ਵਿੱਚ ਉਡਾਰੀਆਂ ਮਾਰਦਾ ਫਿਰੇ ਫਿਰ ਇਹਨੂੰ ਕੋਈ ਧੋਖਾ ਨਹੀਂ ਕਿਉਂਕਿ ਧਿਆਨ ਜਿਹੜਾ ਵਾਰ ਵਾਰ ਗੁਰੂ ਗ੍ਰੰਥ ਸਾਹਿਬ ਜਾ ਰਿਹਾ ਅਤੇ ਸਿੱਖ ਜਿੱਥੇ ਮਰਜ਼ੀ ਦੇਸ਼ਾਂ ਦੇ ਵਿੱਚ ਉਡਾਰੀਆਂ ਮਾਰਦਾ ਫਿਰੇ ਸਿੱਖ ਦੇ ਜੀਵਨ ਨੂੰ ਕੋਈ ਧੋਖਾ ਨਹੀਂ ਪਰ ਜਦੋਂ ਅਸੀਂ ਧਿਆਨ ਗੁਰੂ ਗ੍ਰੰਥ ਸਾਹਿਬ ਤੋਂ ਹਟਾ ਲੈਂਦੇ ਹਾਂ ਸਾਡੀ ਧਿਆਨ ਰੂਪੀ ਸੂਈ ਜਿਹੜੀ ਗੁਰੂ ਗ੍ਰੰਥ ਸਾਹਿਬ ਤੋਂ ਹਟ ਜਾਂਦੀ ਆ ਉਦੋਂ ਹੀ ਗੁਰੂ ਕੇ ਸਿੱਖ ਦਾ ਮਨ ਜਿਹੜਾ ਦੁਬਧਾ ਵਿੱਚ ਪੈ ਜਾਂਦਾ ਦੁਬਧਾ ਵਿੱਚ ਪੈਣ ਦੇ ਕਾਰਨ ਗੁਰੂ ਕੀ ਸੰਗਤ ਵਿਚਾਰਾਂ ਦੇ ਐਕਸੀਡੈਂਟ ਹੁੰਦੇ ਇਹ ਜੀਵਨ ਜਿਹੜਾ ਗਿਰਾਵਟ ਵਿੱਚ ਚਲੇ ਜਾਂਦਾ ਬੜੇ ਕਾਰਨ ਆ ਇਸ ਜੀਵਨ ਦਾ ਐਕਸੀਡੈਂਟ ਵਾਸਤੇ ਗੁਰੂ ਕੀ ਸੰਗਤ ਜਿਸ ਮੰਜ਼ਿਲ 'ਤੇ ਪਹੁੰਚਣਾ ਵਾ ਉਹ ਧਿਆਨ ਕਰਕੇ ਪਹੁੰਚਿਆ ਜਾ ਸਕਦਾ ਮਨ ਕਰਕੇ ਪਹੁੰਚਿਆ ਜਾ ਸਕਦਾ ਸੁਰਤ ਕਰਕੇ ਪਹੁੰਚਿਆ ਜਾ ਸਕਦਾ ਪਰ ਜਿੰਨਾ ਚਿਰ ਗੁਰੂ ਕੀ ਸੰਗਤ ਲਕਸ਼ਣ ਨਾ ਹੋਵੇ ਕੋਈ ਜਿੰਨਾ ਚਿਰ ਕੋਈ ਨਿਸ਼ਾਨਾ ਨਾ ਹੋਵੇ ਉਹਨਾਂ ਚਿਰ ਗੁਰੂ ਕੀ ਸੰਗਤ ਜੀਵਨ ਅਧੂਰਾ ਵਾ ਜਿਵੇਂ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਸੰਗਤਾਂ ਨੂੰ ਉਤਾਰ ਰਹੇ ਸਨ ਉਧਰੋਂ ਮਹਾਰਾਜ ਦਾ ਸਿੱਖ ਕਾਰਪਿਟਾ ਲੈਣ ਗਿਆ ਕਾਬਲ ਦੀ ਧਰਤੀ 'ਤੇ ਭਾਈ ਗੋਂਦਾ ਜੀ ਇੰਨਾ ਅਭਿਆਸੀ ਅਤੇ ਇੰਨਾ ਸੁਰਤ ਦਾ ਅਭਿਆਸ ਸੀ ਧਿਆਨ ਦਾ ਅਭਿਆਸ ਸੀ ਕਿ ਕਾਬਲ ਦੀ ਧਰਤੀ 'ਤੇ ਅੰਮ੍ਰਿਤ ਵੇਲੇ ਕੇਸੀ ਇਸ਼ਨਾਨ ਕੀਤਾ ਵਾ ਨਿਤਨੇਮ ਕੀਤਾ ਵਾ ਤਾਂ ਗੁਰੂ ਕੀ ਸੰਗਤ ਜਦੋਂ ਨਿਤਨੇਮ ਕਰਕੇ ਅਰਦਾਸ ਕਰਕੇ ਮਹਾਰਾਜ ਦੇ ਚਰਨ 'ਤੇ ਮੱਥਾ ਟੇਕਿਆ ਕਾਬਲ ਦੀ ਧਰਤੀ ਤੋਂ ਹੀ ਗੁਰੂ ਕੀ ਸੰਗਤ ਗੁਰੂ ਗੁਰੂ ਜਪ ਰਿਹਾ ਵਾ ਅਤੇ ਧਿਆਨ ਕਰਕੇ ਜਦੋਂ ਮੱਥਾ ਟੇਕਿਆ ਅਤੇ ਧਿਆਨ ਦੀ ਇੰਨੀ ਪਕੜ ਬਣ ਗਈ ਗੁਰੂ ਹਰਿਰਾਏ ਸਾਹਿਬ ਜੀ ਦੇ ਚਰਨਾਂ ਦੀ ਕਿ ਮੱਥਾ ਚੁੱਕਦਾ ਹੀ ਨਹੀਂ ਜਿਉਂ ਗੁਰੂ ਕੀ ਸੰਗਤ ਅੰਮ੍ਰਿਤ ਵੇਲੇ ਤੋਂ ਭਾਈ ਗੋਂਦਾ ਜੀ ਦਾ ਧਿਆਨ ਲੱਗਾ ਵਾ ਗੁਰੂ ਹਰਿਰਾਏ ਸਾਹਿਬ ਜੀ ਦੇ ਚਰਨਾਂ 'ਤੇ ਇੱਧਰ ਗੁਰੂ ਕੀ ਸੰਗਤ ਮਹਾਰਾਜ ਸਿੰਘਾਸਨ 'ਤੇ ਬੈਠੇ ਆ ਅੰਮ੍ਰਿਤ ਵੇਲਾ ਵਾ ਮਹਾਰਾਜ ਅਡੋਲ ਟੇਕੇ ਬੈਠੇ ਨੇ ਚਰਨ ਵੀ ਇੱਧਰ ਉੱਧਰ ਨਹੀਂ ਕਰਦੇ ਗੁਰੂ ਕੀ ਸੰਗਤ ਆਸਾ ਜੀ ਦੀ ਵਾਰ ਦਾ ਕੀਰਤਨ ਵੀ ਹੋਇਆ ਅੰਮ੍ਰਿਤ ਵੇਲੇ ਉਸ ਤੋਂ ਦੀਵਾਨ ਤੋਂ ਬਾਅਦ ਅਰਦਾਸ ਵੀ ਹੋਈ ਸੂਰਜ ਕਾਫੀ ਚੜ੍ਹ ਕੇ ਆ ਗਿਆ ਲਾਂਗਰੀ ਸਿੰਘ ਨੇ ਆਣ ਕੇ ਆਵਾਜ਼ਾਂ ਵੀ ਦਿੱਤਾ ਮਹਾਰਾਜ ਲੰਗਰ ਤਿਆਰ ਆ ਲੰਗਰ ਛਕੋ ਸਾਰੀਆਂ ਸੰਗਤਾਂ ਦਰਸ਼ਨ ਦਾਰੇ ਕਰ ਰਹੀਆਂ ਪਰ ਮਹਾਰਾਜ ਆਪਣੇ ਸਿੰਘਾਸਨ ਤੋਂ ਉੱਠਦੇ ਨਹੀਂ ਗੁਰੂ ਕੀ ਸੰਗਤ ਅੰਮ੍ਰਿਤ ਵੇਲੇ ਤੋਂ ਮਹਾਰਾਜ ਸਿੰਘਾਸਨ 'ਤੇ ਬੈਠੇ ਆ ਦੁਪਹਿਰਾਂ ਹੋ ਗਈਆਂ ਸ਼ਾਮ ਦੇ 3 ਵੱਜ ਗਏ ਆ ਫਿਰ ਉੱਧਰੋਂ ਭਾਈ ਗੋਂਦਾ ਜੀ ਦੀ ਸੁਰਤ ਖੁੱਲ੍ਹੀ ਧਿਆਨ ਟੁੱਟਾ ਤਾਂ ਗੁਰੂ ਕੀ ਸੰਗਤ ਇੱਧਰੋਂ ਮਹਾਰਾਜ ਗੁਰੂ ਹਰਿਰਾਏ ਸਾਹਿਬ ਜੀ ਆਪਣੇ ਸਿੰਘਾਸਨ ਤੋਂ ਉੱਠੇ ਸਿੱਖਾਂ ਨੇ ਪੁੱਛਿਆ ਮਹਾਰਾਜ ਅੱਜ ਕੀ ਭਾਣਾ ਅੱਜ ਕੀ ਕੌਤਕ ਸੀ ਕਿ ਤੁਸੀਂ ਅੰਮ੍ਰਿਤ ਵੇਲੇ ਤੋਂ ਲੈ ਕੇ ਹੁਣ ਤੱਕ ਆਪਣੇ ਸਿੰਘਾਸਨ 'ਤੇ ਬੈਠੇ ਰਹੇ ਉੱਠੇ ਨਹੀਂ ਉਹਦਾ ਕੀ ਕਾਰਨ ਮਹਾਰਾਜ ਅੰਤਰਜਾਮੀ ਸਤਿਗੁਰੂ ਗੁਰੂ ਹਰਿਰਾਏ ਸਾਹਿਬ ਜੀ ਸਿੱਖਾਂ ਨੂੰ ਦੱਸ ਰਹੇ ਨੇ ਕਹਿੰਦੇ ਭਾਈ ਆਪਣਾ ਸਿੱਖ ਗਿਆ ਕਾਬਲ ਦੇ ਵਿੱਚ
ਉਹਨੇ ਅੰਮ੍ਰਿਤ ਵੇਲੇ ਨਿਤਨੇਮ ਕਰਕੇ ਜਦੋਂ ਅਰਦਾਸ ਕੀਤੀ ਸਾਡੇ ਚਰਨਾਂ ਵਿੱਚ ਮੱਥਾ ਟੇਕਿਆ ਅਤੇ ਇੰਨਾ ਉਹਦਾ ਧਿਆਨ ਸਾਡੇ ਚਰਨਾਂ ਵਿੱਚ ਜੁੜਿਆ ਕਿ ਧਿਆਨ ਦੁਆਰਾ ਹੀ ਕਾਬਲ ਦੀ ਧਰਤੀ ਤੋਂ ਸਾਡੇ ਚਰਨ ਫੜੇ ਸਨ ਅਤੇ ਇੰਨਾ ਧਿਆਨ ਉਹਦਾ ਟਿਕਿਆ ਸੀ ਸਾਡੇ ਚਰਨਾਂ ਦੇ ਵਿੱਚ। ਜੇ ਅਸੀਂ ਉੱਠਦੇ ਤਾਂ ਉਹਦਾ ਧਿਆਨ ਟੁੱਟਦਾ ਸੀ, ਇਸ ਕਰਕੇ ਉਹਦਾ ਧਿਆਨ ਬਣਿਆ ਰਹੇ, ਧਿਆਨ ਟਿਕਿਆ ਰਹੇ, ਅਸੀਂ ਉਸੇ ਤਰ੍ਹਾਂ ਅਡੋਲ ਆਪਣੇ ਚਰਨ ਤੋਂ ਛੁਡਾਏ ਨਹੀਂ। ਉਹਨੇ ਧਿਆਨ ਕਰਕੇ ਸਾਡੇ ਚਰਨ ਫੜੇ ਸਨ। ਕਹਿੰਦੇ ਇੰਨਾ ਉਹ ਧਿਆਨ ਦੇ ਵਿੱਚ ਪਰਪੱਕਤਾ ਉਹਦੀ, ਗੁਰੂ ਕੀ ਸੰਗਤ ਕਿੱਥੇ ਕਾਬਲ ਦੀ ਧਰਤੀ, ਕਿੱਥੇ ਪੰਜਾਬ ਦੀ ਧਰਤੀ, ਧਿਆਨ ਦੁਆਰਾ ਹੀ ਗੁਰੂ ਕੀ ਸੰਗਤ ਉੱਥੋਂ ਗੁਰੂ ਹਰਿਰਾਏ ਸਾਹਿਬ ਜੀ ਦੇ ਚਰਨਾਂ ਵਿੱਚ ਹਾਜ਼ਰੀ ਲੱਗ ਰਹੀ ਆ। ਸ਼ੈਂਤ ਜਿਹੜੇ ਲਾਗੇ ਬੈਠੇ ਹੋਣ ਉਹਨਾਂ ਦੀ ਐਡੀ ਵੱਡੀ ਹਾਜ਼ਰੀ ਨਾ ਲੱਗੀ ਹੋਵੇ, ਪਰ ਕਾਬਲ ਦੀ ਧਰਤੀ 'ਤੇ ਰਹਿਣ ਵਾਲਾ ਧਿਆਨ ਕਰਕੇ ਉਹਦੀ ਹਾਜ਼ਰੀ ਜਿਹੜੀ ਸਾਰਿਆਂ ਨੂੰ ਪਹਿਲਾਂ ਲੱਗੀ, ਸਾਰਿਆਂ ਤੋਂ ਵੱਡੀ ਹਾਜ਼ਰੀ ਲੱਗੀ। ਗੁਰੂ ਕੀ ਸੰਗਤ ਰਸਤਾ ਹੀ ਗੁਰਮਤਿ ਦਾ ਜਿਹੜਾ ਵਾ ਉਹ ਧਿਆਨ ਦਾ। ਜੇ ਧਿਆਨ ਸਾਡਾ ਗੁਰੂ ਦੇ ਵਿੱਚ ਆ ਅਤੇ ਗੁਰੂ ਦੇ ਕੋਲ ਸਾਡੀ ਹਾਜ਼ਰੀ ਲੱਗ ਰਹੀ ਆ, ਜੇ ਗੁਰੂ ਕੀ ਸੰਗਤ ਕਾਬਲ ਦੀ ਧਰਤੀ ਤੋਂ ਮਾਈ ਸੇਵਾ ਹਰਿਮੰਦਰ ਸਾਹਿਬ ਦੀ ਸੇਵਾ ਹੋ ਰਹੀ ਸੀ, ਸਰੋਵਰ ਦੀ ਸੇਵਾ ਹੋ ਰਹੀ ਸੀ ਪੰਜਵੇਂ ਪਾਤਸ਼ਾਹ ਦੇ ਟਾਈਮ 'ਤੇ, ਤਾਂ ਗੁਰੂ ਕੀ ਸੰਗਤ ਉਸ ਸਮੇਂ ਦੇ ਉੱਤੇ ਉਹ ਬੀਬੀ ਜਿਹੜੀ ਸੀ ਪਤੀਵਰਤਾ ਔਰਤ ਸੀ, ਇੱਕ ਉਹਦਾ ਛੋਟਾ ਜਿਹਾ ਪੁੱਤਰ ਸੀ। ਆਪਣੇ ਪਤੀ ਦੀ ਆਗਿਆ ਲੈ ਕੇ ਪੁੱਤਰ ਨੂੰ ਭੰਗੂੜੇ ਵਿੱਚ ਪਾ ਕੇ ਦੁੱਧ ਪਿਲਾ ਕੇ ਗੁਰੂ ਕੀ ਸੰਗਤ ਇੰਨੀ ਸ਼ਕਤੀ ਦੀ ਮਾਲਕ ਸੀ ਕਿ ਕਾਬਲ ਦੀ ਧਰਤੀ ਤੋਂ ਆਉਂਦੀ ਸੀ, ਹਰਿਮੰਦਰ ਸਾਹਿਬ ਸਰੋਵਰ 'ਚ ਸੇਵਾ ਕਰਕੇ ਸ਼ਾਮ ਨੂੰ ਫਿਰ ਵਾਪਸ ਜਾਂਦੀ ਸੀ। ਪਰ ਜਦੋਂ ਸੇਵਾ ਕਰਦੀ ਕਰਦੀ ਗੁਰੂ ਕੀ ਸੰਗਤ ਉਹਨੇ ਦੋਵਾਂ ਬਾਹਾਂ ਦੇ ਨਾਲ ਐਂ ਜਿਵੇਂ ਕਿਸੇ ਨੂੰ ਹਲਾਰਾ ਦੇਈਦਾ, ਇਸ ਤਰ੍ਹਾਂ ਉਹਨੇ ਟੋਕਰੀ ਕਰਨੀ। ਕੁਝ ਦਿਨ ਸਿੱਖ ਦੇਖਦੇ ਰਹੇ। ਇੱਕ ਦਿਨ ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਐਦਾਂ ਇੱਕ ਮਾਈ ਆਉਂਦੀ ਆ, ਨਾ ਉਹਦਾ ਆਉਂਦੀ ਦਾ ਪਤਾ ਲੱਗਦਾ ਵੀ ਕਿੱਥੋਂ ਆਉਂਦੀ, ਨਾ ਜਾਂਦੀ ਦਾ ਪਤਾ ਲੱਗਦਾ, ਪਰ ਕਦੀ ਕਦੀ ਇਸ ਤਰ੍ਹਾਂ ਹਲਾਰਾ ਦਿੰਦੀ ਆ। ਪਤਾ ਨਹੀਂ ਉਹ ਮਾਈ ਕੌਣ ਆ। ਸਤਿਗੁਰੂ ਅੰਤਰਜਾਮੀ ਕਹਿੰਦੇ ਬੁਲਾਓ। ਜਦੋਂ ਮਾਈ ਸੇਵਾ ਨੂੰ ਬੁਲਾਇਆ ਤਾਂ ਗੁਰੂ ਕੀ ਸੰਗਤ ਮਹਾਰਾਜ ਕਹਿੰਦੇ ਬੇਬਾ ਤੁਸੀਂ ਕਿੱਥੋਂ ਆਉਂਦੇ। ਉਹ ਬੀਬੀ ਕਹਿਣ ਲੱਗੀ ਮਹਾਰਾਜ ਮੈਂ ਕਾਬਲ ਤੋਂ ਆਉਂਦੀ। ਮਹਾਰਾਜ ਕਹਿੰਦੇ ਕਿਸ ਤਰ੍ਹਾਂ ਆਉਂਦੇ। ਕਹਿੰਦੇ ਮਹਾਰਾਜ ਇਹ ਤੁਹਾਡੀ ਸੇਵਾ ਦੀ ਬਰਕਤ, ਤੁਹਾਡੀ ਕਿਰਪਾ, ਤੁਹਾਡੀ ਸਿੱਖੀ ਧਾਰਨ ਕੀਤੀ ਆ ਅਤੇ ਤੁਹਾਡਾ ਦਿੱਤਾ ਹੋਇਆ ਨਿਤਨੇਮ ਕਰਦੇ ਹਾਂ। ਮੈਂ ਪਤੀਵਰਤਾ ਔਰਤ ਹਾਂ, ਮੇਰਾ ਇੱਕ ਛੋਟਾ ਜਿਹਾ ਬੱਚਾ ਵਾ, ਮੈਂ ਆਪਣੇ ਪਤੀ ਦੀ ਆਗਿਆ ਲੈ ਕੇ ਤੁਹਾਡੇ ਚਰਨਾਂ ਦਾ ਧਿਆਨ ਧਰਦੀ ਹਾਂ ਅਤੇ ਮੈਂ ਇੱਥੇ ਪਹੁੰਚ ਜਾਂਦੀ ਹਾਂ। ਤੁਹਾਡੇ ਚਰਨਾਂ ਦਾ ਧਿਆਨ ਕਰਦੀ ਹਾਂ ਅਤੇ ਮੈਂ ਇੱਥੇ ਪਹੁੰਚ ਜਾਂਦੀ ਹਾਂ ਅਤੇ ਇੱਥੋਂ ਫਿਰ ਮੈਂ ਸੇਵਾ ਕਰਦੀ ਹਾਂ। ਅਤੇ ਮਹਾਰਾਜ ਕਹਿੰਦੇ ਜਦੋਂ ਤੂੰ ਲਹਾਰਾ ਦੇਣੀ ਉਹ ਕੀ ਕਰਦੀ। ਮਹਾਰਾਜ ਕਹਿੰਦੇ ਮੇਰਾ ਬੀਬੀ ਕਹਿਣ ਲੱਗੀ ਮੇਰਾ ਛੋਟਾ ਜਿਹਾ ਬੱਚਾ ਵਾ, ਉਹਨੂੰ ਮੈਂ ਪੰਗੂੜੇ ਵਿੱਚ ਪਾ ਕੇ ਆਉਣੀ, ਜਦੋਂ ਉਹ ਥੋੜ੍ਹਾ ਜਿਹਾ ਰੋਣ ਲੱਗਦਾ ਵਾ ਅਤੇ ਮੈਂ ਇੱਥੋਂ ਹੀ ਟੋਕਰੀ ਦਾ ਲਹਾਰਾ ਦੇਣੀ ਹਾਂ ਅਤੇ ਇੰਨੀ ਗੁਰੂ ਸਾਹਿਬ ਨੇ ਤੁਸੀਂ ਮੇਰੇ 'ਤੇ ਕਿਰਪਾ ਕੀਤੀ ਆ ਕਿ ਇੱਥੋਂ ਦਾ ਦਿੱਤਾ ਆ ਲਹਾਰਾ ਮੇਰੇ ਬੱਚੇ ਨੂੰ ਪਹੁੰਚਦਾ ਵਾ ਅਤੇ ਮੇਰਾ ਬੱਚੇ ਦਾ ਭੰਗੂੜਾ ਹਿੱਲਣ ਲੱਗ ਪੈਂਦਾ, ਮੇਰਾ ਬੱਚਾ ਚੁੱਪ ਕਰ ਜਾਂਦਾ। ਅਤੇ ਕਹਿੰਦੀ ਸ਼ਾਮ ਨੂੰ ਜਦੋਂ ਸੇਵਾ ਦੀ ਸਮਾਪਤੀ ਹੁੰਦੀ ਆ ਅਤੇ ਤੁਹਾਡੇ ਚਰਨਾਂ ਦਾ ਧਿਆਨ ਧਰ ਕੇ ਫਿਰ ਮੈਂ ਆਪਣੇ ਪਤੀ ਦਾ ਧਿਆਨ ਧਰਦੀ ਹਾਂ ਅਤੇ ਮੈਂ ਆਪਣੇ ਪਤੀ ਕੋਲ ਪਹੁੰਚ ਜਾਂਦਾ। ਕਹਿੰਦੀ ਇੰਨੀ ਨਾਮ ਦੇ ਵਿੱਚ ਸ਼ਕਤੀ ਆ। ਗੁਰੂ ਸਾਹਿਬਾਂ ਨੇ ਸਾਰੀ ਸੰਗਤ ਨੂੰ ਉਹਦੀ ਸੇਵਾ ਦਾ, ਉਹਦੇ ਸਿਮਰਨ ਦਾ,
महाराज ने भेद दसिया कि यह बीबी इन्नी ध्यान साधना विच परपक आ खेल ही मारे कहिंदे सारा ध्यान दा वा इह शरीर दा खेल नहीं जिन्ना चिर ध्यान जिहड़ा वा ओह गुरु दे नाल जुड़े ना उन्ना चिर हाजरी नहीं लगदी जे ध्यान जिहड़ा वार वार गुरु ग्रंथ साहिब विच आ रिहा गुरु की संगत विचार दी लोड़ आ आपां सवेर तों लै के हुण तक जिन्ने भी आपां बैठे हां आप अपने मन दे विच थर्मामीटर ला के अपने विचार का नापियो अपने मन में भी सवेर तो लैके हुण तक जा जन्म तो लैके हुण तक जा जन्म तो लैके हुण तक जा सवेर तो लैके हुण तक आप अपने मन दे विच विचार करो भी की एक मिनट गिनती का एक मिनट जा दो मिनट डायरैक्ट गुरु ग्रंथ साहिब ध्यान साडा गया उस तरह गुरु ग्रंथ साहिब के दर्शन किए हैं ध्यान द्वारा उस तरह ही महाराज के शब्द के दर्शन किए हैं तुकां के दर्शन किए हैं क्यों कि गुरु नानक साहब के टाइम से संगत गुरु नानक साहब का ध्यान कर दिया सन गुरु अंगद साहब जी के टाइम से गुरु अंगद साहब जी का ध्यान कर दिया सन इस तरह दसां पातशाहियां दे टाइम ते समय समय अनुसार दसां पातशाहियां दा ध्यान धरदियां सन ते गुरु गोबिंद सिंह महाराज ने हजूर साहब की धरती ते गुरु ग्रंथ साहब नूं गुरगद्दी दित्ती गुरगद्दी जिहड़ी आ गुरु ग्रंथ साहब नूं सौंप दित्ती दसे पातशाहियां गुरु ग्रंथ साहब दे सरूप विच आ ते हुण सानूं ध्यान की दा कर धरना चाहीदा गुरु ग्रंथ साहब दा जे साडा गुरु की संगत शब्द दे विच कहीए ते शब्द दा ध्यान धरिए ते गुरु ग्रंथ साहिब कौन आ शब्द स्वरूप शब्द ही दा गुरु आ ते असीं कहिंदे शब्द दा ध्यान धरना चाहीदा ते गुरु की संगत गुरु ग्रंथ साहिब शब्द स्वरूप आ ते जदों असीं ध्यान वार वार इह परपक्कता जीवन दे विच बनाउणी आपां आपां सब तो वड्डी गल जिहड़ी किहड़ी आ जीवन दे विच आपां धारण करनी कि साडा वार वार ध्यान जिहड़ा वा इहदी परपक्कता करनी आ भी साडा वार वार ध्यान जिहड़ा गुरु ग्रंथ साहिब जावे जदों साडे ध्यान दीआं तरंगां जिहड़ीआं गुरु ग्रंथ साहिब च पहुँचणगीआं ना ते गुरु ग्रंथ साहिब अंतरजामी उह वेखणगे भी इह वाह भाई वाह इह मेरा जिहड़ा सिख आ ना इहदा ध्यान मेरे विच आ रिहा महाराज डायरैक्ट उहदे उत्ते कृपा कर दिया इहो जिहा ध्यान जुड़िया सी बाबा निधान सिंह जी का डायरैक्ट कलगियां वाले दे चरणों दे विच ते गुरु की संगत कलगीधर पातशाह नूं आप ही फिर आउणा पिया आण के सीस ते हथ रख दिता प्रतख दर्शन दिते गुरु की संगत ऐसा ध्यान जुड़िया सी इत्थे सारा गुरु की संगत ध्यान का ही खेल आ अज साडा ध्यान जिहड़ा वा गुरु ग्रंथ साहिब नाल टुट के ते गुरु की संगत यह ध्यान जिहड़ा पदार्थवादी हो गया यह ध्यान जिहड़ा वा काम विच जा रहा क्रोध विच जा रहा यह ध्यान लोभ विच जा रहा हंकार विच जा रहा होमे विच जा रहा वा गुरु की संगत आसा तृष्णा विच जा रहा वा पदार्थों के जा रहा वा गुरु की संगत असी गुरु नूं ध्यान तोड़ के ते पदार्थों के पिछे साडा ध्यान लग रहा इस करके सानू प्राप्ति नहीं हो रही इस करके सानू प्राप्ति नहीं हो रही गुरु की संगत जे प्राप्ति करनी है तो ध्यान की परपक्ता जी गुरु ग्रंथ साहिब च बनाओ और गुरु साहिब फिर बख्शिश करके ते हिरदे विच गुरु की संगत महाराज फिर बख्शिश करनगे हिरदे विच नाम की दात बख्शिश कर देंगे फिर गुरु साहिब ही गुरसिख के हिरदे विच चौंकड़ा ला के शब्द स्वरूप हो करके बैठ जाता ते गुरु की संगत ध्यान की परपक्ता बनाओ बहुत ही विस्तार विच ना जाते हुए गुरु की संगत इन्नी क हाजरी प्रवान करनी क्योंकि और भी बुलारिया ने हर जस सरवण करवाना वा गुरु की संगत इत्थे गल शरीरां दी नहीं गल ध्यान दी आ सुरत दी आ
ਜਦੋਂ ਸਾਡੀ ਸੁਰਤ ਦੀ ਧਿਆਨ ਦੀ ਪ੍ਰਪੱਕਤਾ ਬਣ ਗਈ, ਗੁਰੂ ਕੀ ਸੰਗਤ ਸਾਡੀ ਚਰਨਾਂ ਦੇ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਹਾਜ਼ਰੀ ਲੱਗੇਗੀ, ਗੁਰੂ ਸਾਹਿਬਾਂ ਦੇ ਖੁਸ਼ੀ ਦੇ ਪਾਤਰ ਬਣ ਜਾਵਾਂਗੇ, ਇੰਨੀਆਂ ਕੁ ਬੇਨਤੀਆਂ ਗੁਰੂ ਕੀ ਸੰਗਤ ਪ੍ਰਵਾਨ ਕਰਨੀਆਂ। ਅੱਜ ਗੁਰੂ ਹਰਿਰਾਏ ਸਾਹਿਬ ਜੀ ਦਾ ਪ੍ਰਕਾਸ਼ ਦਿਵਸ, ਦਸਾਂਝ ਖੁਰਦ ਗੁਰੂ ਹਰਿਰਾਏ ਸਾਹਿਬ ਜੀ ਦਾ ਸਥਾਨ ਇਸ ਜਗ੍ਹਾ 'ਤੇ ਤੁਸੀਂ ਮਨਾ ਰਹੇ ਹੋ। ਗੁਰੂ ਮਹਾਰਾਜ ਕਿਰਪਾ ਕਰਨ, ਗੁਰੂ ਕੀ ਸੰਗਤ ਇਸ ਗੁਰਦੁਆਰੇ ਦੀ ਸੇਵਾ ਸ਼੍ਰੀ ਮਾਨ ਸੰਤ ਬਾਬਾ ਸ਼ੀਸ਼ਾ ਸਿੰਘ ਨੇ ਸਭ ਤੋਂ ਪਹਿਲਾਂ ਕਰਵਾਈ। ਇੱਥੇ ਸੋਰੋ ਸਰੋਵਰ ਵੀ ਬਣਾਇਆ, ਸਾਰੇ ਜਥੇਦਾਰ ਨਾਲ ਸੀ। ਗੁਰੂ ਕੀ ਸੰਗਤ ਉਸ ਸਮੇਂ 'ਤੇ ਇਹ ਬਹੁਤ ਵੱਡਾ ਡੂੰਘਾ ਥਾਂ ਸੀ, ਚਾਰ ਚੁਫੇਰਿਓਂ ਭਰਤੀ ਲਿਆਣ ਕੇ ਪਾਉਣੀ। ਇਸ ਥਾਂ ਦੇ ਉੱਤੇ ਬਹੁਤ ਵੱਡੀ ਸੇਵਾ ਹੋਈ, ਦਰਬਾਰ ਦੀ ਸੇਵਾ ਹੋਈ, ਇਹ ਮਹਾਂਪੁਰਸ਼ਾਂ ਸੇਵਾ ਕਰਵਾਈ। ਗੁਰੂ ਕੀ ਸੰਗਤ ਕਿਸੇ ਟਾਈਮ 'ਤੇ ਇਸ ਸਥਾਨ ਦੀ ਰਸਤ ਜਿਹੜੀ ਆ ਉਹ ਦਿੱਲੀ ਸੀਸਗੰਜ ਤੋਂ ਕੜਾ ਪ੍ਰਸ਼ਾਦ ਦੀ ਦੇਗ ਦੀ ਰਸਤ ਉੱਥੋਂ ਆਉਂਦੀ ਸੀ ਇਸ ਸਥਾਨ ਦੇ ਉੱਤੇ। ਗੁਰੂ ਕੀ ਸੰਗਤ ਇੱਥੇ ਸੱਤਵੇਂ ਪਾਤਸ਼ਾਹ ਨੇ ਗੁਰੂ ਕੀ ਸੰਗਤ 2200 ਘੋੜ ਸਵਾਰ ਸਮੇਤ ਇੱਥੇ ਚਰਨ ਪਾਏ, ਇਸ ਧਰਤੀ ਨੂੰ ਪਵਿੱਤਰ ਕੀਤਾ ਸੀ। ਅਤੇ ਗੁਰੂ ਕੀ ਸੰਗਤ ਉਦੋਂ ਤੋਂ ਲੈ ਕੇ ਅੱਜ ਤੱਕ ਨਿਰੰਤਰ ਇੱਥੇ ਸੇਵਾ ਚੱਲ ਰਹੀ ਆ। ਇੱਥੇ ਸਾਡੇ ਜਥੇਦਾਰ ਬਾਬਾ ਲਖਵਿੰਦਰ ਸਿੰਘ ਜੀ ਸ਼ਹੀਦ ਜਿਹੜੇ ਇੱਥੇ ਸੇਵਾ ਕਰਵਾਉਣ ਡੇ ਆ। ਗੁਰੂ ਕੀ ਸੰਗਤ ਇਸ ਸਮੇਂ ਦੇ ਉੱਤੇ ਜਿੱਥੇ ਬੇਅੰਤ ਸੰਗਤਾਂ ਪਹੁੰਚੀਆਂ ਨੇ, ਸਾਡੇ ਜਥੇਦਾਰ ਡਾਕਟਰ ਹਰਜਿੰਦਰ ਸਿੰਘ ਜੀ ਹਜ਼ੂਰ ਸਾਹਿਬ ਤੋਂ ਉਹ ਵੀ ਇੱਥੇ ਸਾਡੇ ਨਾਲ ਪਹੁੰਚੇ ਹੋਏ ਆ, ਬਾਬਾ ਕਰਨੈਲ ਸਿੰਘ ਮੋਗੇ ਤੋਂ ਉਹ ਵੀ ਇੱਥੇ ਪਹੁੰਚੇ ਹੋਏ ਆ। ਗੁਰੂ ਕੀ ਸੰਗਤ ਬਾਬਾ ਗੁਰਨਾਮ ਸਿੰਘ ਸਫਰੋੜ ਤੋਂ ਉਹ ਵੀ ਇੱਥੇ ਪਹੁੰਚੇ ਹੋਏ ਆ, ਬਾਬਾ ਮੇਜਰ ਸਿੰਘ ਸਾਹਨੇਵਾਲ ਤੋਂ, ਇਸੇ ਤਰ੍ਹਾਂ ਹੀ ਬਾਬਾ ਕੁਲਦੀਪ ਸਿੰਘ ਭੰਗਾਲੇ ਤੋਂ, ਸੋਨੂ ਬਹਿਲੇ ਤੋਂ। ਗੁਰੂ ਕੀ ਸੰਗਤ ਲਖਵਿੰਦਰ ਸਿੰਘ ਸ਼ਹੀਦ ਦੇ ਨਾਲ ਬਾਬਾ ਗਿਆਨ ਸਿੰਘ ਉਹ ਵੀ ਇੱਥੇ, ਬਾਬਾ ਇੰਦਰ ਸਿੰਘ ਖੀਰਾਂ ਵਾਲੀ ਉਹ ਵੀ ਇੱਥੇ ਪਹੁੰਚੇ ਹੋਏ ਆ। ਗੁਰੂ ਕੀ ਸੰਗਤ ਬਾਬਾ ਮੰਗਾ ਸਿੰਘ ਧਰਮਕੋਟ ਤੋਂ, ਬਾਬਾ ਗੁਰਜੀਤ ਸਿੰਘ ਹਿਆਲੀ ਤੋਂ, ਬਾਬਾ ਗੁਰਮੀਤ ਸਿੰਘ ਬਾਬਾ ਜੀ ਦੇ ਜਨਮ ਸਥਾਨ ਤੋਂ, ਇਸੇ ਤਰ੍ਹਾਂ ਗੁਰੂ ਕੀ ਸੰਗਤ ਜਿੰਨੇ ਵੀ ਜਥੇਦਾਰ ਆ, ਜਿੰਨੇ ਮਹਾਂਪੁਰਸ਼ ਆ, ਉਹ ਸਾਰੇ ਇੱਥੇ ਆਪੋ ਆਪਣੀਆਂ ਹਾਜ਼ਰੀਆਂ ਲਵਾ ਰਹੇ ਨੇ। ਔਰ ਬੇਅੰਤ ਸੰਗਤਾਂ ਇਲਾਕੇ ਦੀਆਂ, ਦੇਸ਼ ਦੀਆਂ, ਵਿਦੇਸ਼ ਦੀਆਂ ਸੰਗਤਾਂ ਇੱਥੇ ਆਈਆਂ ਨੇ। ਸਾਰੀ ਸੰਗਤ ਦਾ ਦਾਸ ਵੱਲੋਂ, ਬਾਬਾ ਬਲਵਿੰਦਰ ਸਿੰਘ ਜੀ ਵੱਲੋਂ, ਸਮੁੱਚੇ ਜਥੀ ਵੱਲੋਂ ਗੁਰੂ ਕੀ ਸੰਗਤ, ਸਾਰੀ ਸੰਗਤ ਦਾ ਤਹਿ ਦਿਲੋਂ ਧੰਨਵਾਦ। ਹੋਈਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਚੁਕਾਓ ਸੀ ਗੁਰੂ ਗ੍ਰੰਥ ਸਾਹਿਬ ਜੀ ਨੂੰ, ਪਿਆਰ ਵਿੱਚ ਆਓ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਸਾਧ ਸੰਗਤ ਜੀ,